ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਫਾਸਟ ਵੇ ਅੰਮ੍ਰਿਤਸਰ ਖਬਰਨਾਮਾ। ਮੈਂ ਹਾਂ ਦੇਵਿਕਾ ਜੈਨ ਤੇ ਹੁਣ ਸਭ ਤੋਂ ਪਹਿਲਾਂ ਇੱਕ ਨਜ਼ਰ ਅੱਜ ਦੇ ਬੁਲੇਟਿਨ ਦੀਆਂ ਮੁੱਖ ਖਬਰਾਂ ਵੱਲ। ਸੀਆਈਏ ਸਟਾਫ 2 ਦੀ ਪੁਲਿਸ ਵੱਲੋਂ 3 ਨਾਮੀ ਗੈਂਗਸਟਰਸ ਨੂੰ ਕੀਤਾ ਗਿਆ ਗ੍ਰਿਫਤਾਰ। ਹਲਕਾ ਮਜੀਠਾ ਅਧੀਨ ਆਉਂਦੇ ਕਸਬਾ ਤੱਥੂ ਨੰਗਲ ਵਿਖੇ ਕੀਤਾ ਗਿਆ ਚੋਣ ਰੈਲੀ ਦਾ ਆਯੋਜਨ। ਅਜਨਾਲਾ ਵਿਖੇ ਭਾਰਤੀ ਜਨਤਾ ਪਾਰਟੀ ਦੀ ਚੋਣ ਰੈਲੀ ਦਾ ਕੀਤਾ ਗਿਆ ਆਯੋਜਨ। ਅਤੇ ਹੁਣ ਖਬਰਾਂ ਵਿਸਤਾਰ ਨਾਲ। ਅੰਮ੍ਰਿਤਸਰ ਦੀ ਸੀਆਈਏ ਸਟਾਫ 2 ਦੀ ਪੁਲਿਸ ਵੱਲੋਂ 3 ਨਾਮੀ ਗੈਂਗਸਟਰਸ ਨੂੰ ਕਾਬੂ ਕਰਕੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ। ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਹੋਇਆ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੀਆਈਏ ਸਟਾਫ 2 ਗੁਰੂਖੀ ਵਡਾਲੀ ਅੰਮ੍ਰਿਤਸਰ ਵੱਲੋਂ 2 ਪਿਸਟਲ 45 ਬੋਰ, 4 ਮੈਗਜ਼ੀਨ ਅਤੇ 33 ਰੋਂਦ ਚਿੰਦਾ ਅਤੇ 1 ਪਿਸਟਲ 32 ਬੋਰ ਤੇ 2 ਰੋਂਦ ਚਿੰਦਾ ਸਮੇਤ 3 ਨੌਜਵਾਨ ਗੈਂਗਸਟਰ ਕਾਬੂ ਕੀਤੇ ਗਏ ਹਨ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਇੱਕ ਜ਼ੀਰੋ ਟੋਲਰੈਂਸ ਪਾਲਿਸੀ ਅਸੀਂ ਫੋਲੋ ਕਰ ਰਹੇ ਹਾਂ ਅਗੇਂਸਟ ਗੈਂਗਸਟਰਸ। ਉਹ 'ਚ ਸਾਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ। 3 ਗੈਂਗਸਟਰ ਅਸੀਂ ਫੜੇ ਹੈ ਜਿਨ੍ਹਾਂ ਦੇ ਨਾਮ ਹੈਗੇ ਸਾਗਰ ਅਤੇ ਸ਼ਰਨਜੀਤ ਜੋ ਕਿ ਤਰਨ ਤਾਰਨ ਰੋਡ ਦੇ ਰਹਿਣ ਵਾਲੇ ਹੈ ਅਤੇ ਮਨਪ੍ਰੀਤ ਏਲੀਅਸ ਰੋਹਿਤ ਏਲੀਅਸ ਰੰਧਾਵਾ ਮਜੀਠਾ ਰੋਡ ਦਾ। ਔਰ ਇਹਨਾਂ ਦੇ ਪੁਜ਼ੈਸ਼ਨ ਤੋਂ 3 ਪਿਸਟਲ ਮਿਲੇ ਨੇ, 0.45 ਬੋਰ ਦੇ 2 ਅਤੇ 0.32 ਬੋਰ ਦੇ ਦਾ 1 ਪਿਸਟਲ ਹੈ। 35 ਲਾਈਵ ਕਾਟਰੇਜਸ ਅਤੇ 4 ਮੈਗਜ਼ੀਨ ਵੀ ਨਾਲ ਬਰਾਮਦ ਹੋਏ ਨੇ। ਇਹ ਸਾਰਾ ਜਿਹੜਾ ਮੋਡਿਊਲ ਹੈ ਤਿਆਰ ਕੀਤਾ ਗਿਆ ਸੀਗਾ ਹਰਪ੍ਰੀਤ ਏਲੀਅਸ ਹੈਪੀ ਜੱਟ ਜੋ ਕਿ ਜੰਡਿਆਲਾ ਅੰਮ੍ਰਿਤਸਰ ਰੂਰਲ ਦਾ ਰਹਿਣ ਵਾਲਾ ਹੈ। ਔਰ ਉਹਨੇ ਇਹ ਸਾਰੇ ਵੈਪਨ ਇਹਨਾਂ ਨੂੰ ਮੁਹੱਈਆ ਕਰਾਏ ਔਰ ਫਾਈਨੈਂਸ਼ੀਅਲ ਹੈਲਪ ਵੀ ਦਿੱਤੀ। ਮੁੱਢਲੀ ਪੁੱਛਗਿੱਛ ਤੋਂ ਇਹ ਪਤਾ ਲੱਗਿਆ ਕਿ ਇਹ ਜਿਹੜਾ ਸਾਰਾ ਮੋਡਿਊਲ ਹੈ ਇਹਨੂੰ ਇੱਕ ਟਾਸਕ ਦਿੱਤਾ ਗਿਆ ਸੀ ਕੰਟਰੈਕਟ ਕਿਲਿੰਗ ਦਾ, ਜਿਹੜਾ ਕਿ ਰਾਈਵਲ ਇੱਕ ਗੈਂਗਸਟਰ ਹੈਗਾ ਹੈਪੀ ਜੱਟ ਦਾ, ਜਿਹੜਾ ਕਿ ਇਹਨਾਂ ਦੀ ਆਪਸ 'ਚ ਜੋ ਪਤਾ ਲੱਗਿਆ ਕਿ ਇਸ ਗੱਲ ਤੋਂ ਡਿਫਰੈਂਸਿਸ ਹੋਏ ਕਿ ਪੈਸੇ ਦੀ ਵੰਡ ਨੂੰ ਲੈ ਕੇ। ਔਰ ਇਹ ਆਪ ਇਹ ਦੂਸਰੀ ਗੱਲ ਇਹ ਪਤਾ ਲੱਗੀ ਹੈ ਕਿ ਹੈਪੀ ਜੱਟ ਇਸ ਵੇਲੇ ਫੋਰਨ ਕੰਟਰੀ ਬੇਸਡ ਹੈਗਾ, ਇੱਥੋਂ ਭੱਜ ਚੁੱਕਿਆ ਔਰ ਉੱਥੋਂ ਬੈਠਾ ਇਹ ਮੋਡਿਊਲ ਚਲਾ ਰਿਹਾ ਸੀ। ਇਹਦੇ 'ਚ ਅੱਗੇ ਵੀ ਡਿਟੇਲ 'ਚ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਹਰ ਪਹਿਲੂ ਤੋਂ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ 'ਚ ਹੋਰ ਵੀ ਇਹ 'ਚ ਗ੍ਰਿਫਤਾਰੀਆਂ ਅਸੀਂ ਕਰਾਂਗੇ। ਹਲਕਾ ਮਜੀਠਾ ਅਧੀਨ ਆਉਂਦੇ ਕਸਬਾ ਕੱਥੂ ਨੰਗਲ ਵਿਖੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਚੋਣ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਉਮੀਦਵਾਰ ਅਨਿਲ ਜੋਸ਼ੀ ਨੇ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇਸ ਮੌਕੇ MLA ਗੁਨੀਤ ਕੌਰ ਮਜੀਠੀਆ, ਡਾਕਟਰ ਸਤਿੰਦਰ ਕੌਰ ਮਜੀਠੀਆ ਸਮੇਤ ਕਈ ਹੋਰ ਆਗੂ ਵਰਕਰਸ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ। ਅੱਜ ਪੰਜਾਬ ਦੇ ਕੋਨੇ ਕੋਨੇ ਤੋਂ ਸਾਧਕ ਜੀ ਤੁਹਾਡੀ ਏਡੀ ਕਿਰਪਾ ਕਿ ਪੰਜਾਬ ਦੇ ਕੋਨੇ ਕੋਨੇ 'ਚ ਕਿਸੇ ਨਾਲ ਬੇਇਨਸਾਫੀ ਹੁੰਦੀ ਹੈ ਤੇ ਬੜੇ ਮਾਣ ਨਾਲ ਅਰਦਾਸ ਕੋਲ ਆਉਂਦਾ ਕਿਉਂਕਿ ਉਹਨੂੰ ਪਤਾ ਕਿ ਇਹਨੇ ਨਾ ਸਰਕਾਰ ਅੱਗੇ ਝੁਕਣਾ ਨਾ ਦੱਬਣਾ, ਇਹਨੇ ਸੱਚ ਦਾ ਬਾਹ ਫੜਨੀ ਹੈ। ਔਰ ਤੁਹਾਨੂੰ ਮਾਣ ਹੋਣਾ ਚਾਹੀਦਾ ਕਿ ਜਿਹਨੂੰ ਤੁਸੀਂ ਇੰਨੀ ਵਾਰੀ MLA ਬਣਾਇਆ ਉਹਨੇ ਕਦੇ ਆਪਦੀ ਜ਼ਿੰਮੇਵਾਰੀ ਨਿਭਾਉਣ ਤੋਂ ਕੋਤਾਹੀ ਨਹੀਂ ਕੀਤੀ, ਇੱਕ ਦੇ ਠੋ ਕੇ ਤੁਹਾਡੇ ਜ਼ੋਰ ਤੇ ਜਾ ਕੇ ਸਰਕਾਰਾਂ ਨੂੰ ਮੈਂ ਸਵਾਲ ਕਰਦਾ ਰਿਹਾ। 40 ਸਾਲ ਦੀ ਉਮਰ ਦੇ ਵਿੱਚ ਮੈਂ ਆਪਣੇ ਸੂਬੇ ਦੇ ਪਿੰਡ 'ਚ ਰਿਹਾ, ਜ਼ਿਮੀਂਦਾਰਾ ਵੀ ਸੀ, ਮੇਰੇ ਪਿਤਾ ਜੀ ਟੀਚਰ ਵੀ ਸੀਗੇ, ਉਹ ਸਾਰੇ ਹੀ ਕੰਮ ਕੀਤੇ ਜਿਹੜੇ ਤੁਸੀਂ ਕਰਦੇ ਜੇ। ਅੱਜ ਕੱਲ੍ਹ ਗਰਮੀ ਡੰਗਰਾਂ ਨੂੰ ਜਿੰਨੀ ਦੇਹ ਲੱਗਦੀ ਹੈ ਮੈਨੂੰ ਪਤਾ ਵਾ, 2-2 ਘੰਟੇ
ਤਿੰਨ ਤਿੰਨ ਘੰਟੇ ਨਲਕਾ ਗੇੜ ਗੇੜ ਕੇ ਬਾਟੇ 'ਚ ਪਾਣੀ ਢਾਇਆ ਵਾ, ਬੜਾ ਔਖਾ ਲੱਗਦਾ ਸੀ। ਕਿਤੇ ਵੇਲਾ ਕਵੇਲਾ ਕਰਦਾ ਇਹਦਾ ਹੀ ਨਾ। ਅਤੇ ਬਾਪੂ ਦਾ ਡੰਡਾ ਬੜਾ ਕੈਮ ਸੀ, ਛਿੱਤਰ ਪਰੇਡ ਵੀ ਬੜੀ ਹੁੰਦੀ ਸੀ। ਪਰ ਇਹ ਆ ਕਿ ਉਹ ਸਾਰਾ ਸਮਾਂ ਵੇਖਿਆ, ਭਰੀਆਂ ਢੋਈਆਂ ਗਾਈਆਂ, ਝੋਨੇ ਝਾੜੇ ਟੋਈਆਂ ਅਤੇ ਸੁੱਤੇ ਵੀ ਆ, ਚਰੀਆਂ ਗਾਚੇ ਉਤਰੇ ਆ। ਪਿੰਡਾਂ ਵਾਲਾ ਬੂਰ ਸੀ ਸਾਡਾ, ਜੱਗੂ ਦੀ ਹਵੇਲੀ ਅਜਨਾਲਾ ਵਿਖੇ ਭਾਰਤੀ ਜਨਤਾ ਪਾਰਟੀ ਦੇਸ਼ ਸੀਨੀਅਰ ਆਗੂ ਅਤੇ ਸਾਬਕਾ MLA ਅੰਬਰਪਾਲ ਸਿੰਘ ਬੋਨੀ ਅਜਨਾਲਾ ਦੀ ਅਗਵਾਈ ਵਿੱਚ ਭਾਰਤੀ ਜਨਤਾ ਪਾਰਟੀ ਦੀ ਚੋਣ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਭਾਰਤੀ ਜਨਤਾ ਪਾਰਟੀ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਚੋਣ ਰੈਲੀ ਵਿੱਚ ਆਏ ਲੋਕਾਂ ਨੂੰ ਭਵਿੱਖ ਵਿੱਚ ਹੋਣ ਵਾਲੇ ਕੰਮਾਂ ਦੀ ਜਾਣਕਾਰੀ ਸਾਂਝੀ ਕੀਤੀ। ਅਸੀਂ ਦੇਖਿਆ ਕਿ ਉਹ ਰੈਲੀਆਂ ਤੇ ਇੱਕ ਆਪਾਂ ਭਾਈਚਾਰੇ ਦੇ ਘਰ ਗਏ ਸੀ, ਉਹਨਾਂ ਨੇ ਸਾਨੂੰ ਪਾਇਆ, ਉੱਥੇ ਬਹੁਤ ਉਤਸ਼ਾਹ ਹੈਗਾ ਤੇ ਐਤਕਾਂ ਅੰਮ੍ਰਿਤਸਰ 'ਚ ਡਿਵੈਲਪਮੈਂਟ ਦੀ ਹਨੇਰੀ ਹਨ। ਕੋਈ ਗੱਲ ਨਹੀਂ, ਅਸੀਂ ਮੁੱਦੇ 'ਤੇ ਬਹੁਤ ਕਲੀਅਰ ਹਾਂ ਕਿ ਅਸੀਂ ਅੰਮ੍ਰਿਤਸਰ 'ਚ ਡਿਵੈਲਪਮੈਂਟ ਲਿਆਉਣਾ ਚਾਹੁੰਦੇ ਹਾਂ। ਅੰਮ੍ਰਿਤਸਰ ਦਾ ਕੀ ਹਾਲ ਹੈ, ਜਿੰਨਾ ਵੀ ਕਹੀਏ ਘੱਟ ਹੀ ਹੈ। ਤੁਸੀਂ ਹੁਣ ਆਪ ਹੀ ਦੇਖ ਰਹੇ ਹੋ, ਮੈਂ ਤਾਂ ਸ਼ੁਰੂ ਤੋਂ ਹੀ ਇਹ ਕਹਿ ਰਿਹਾ ਕਿ ਸਾਰੀਆਂ ਮੁਸ਼ਕਲਾਂ ਇਸ ਵੇਲੇ ਜਿਹੜੀਆਂ 10 ਸਾਲ ਪਹਿਲਾਂ ਇੱਥੇ ਸੋਲਵ ਹੋ ਜਾਣੀਆਂ ਚਾਹੀਦੀਆਂ ਸੀ, ਉਹ ਨਹੀਂ ਹੋਈਆਂ। ਪਿਛਲੀ 2 ਟਰਮਾਂ ਤੋਂ ਸਾਡੇ MP ਸਾਹਿਬ ਬੈਠੇ ਨੇ, ਕੋਈ ਵੀ ਚੀਜ਼ ਨੂੰ ਹੱਥ ਲਾ ਲਓ ਉਹ ਹਾਲੇ ਸੋਲਵ ਕੀ ਹੋਣੀ ਆ, ਖਰਾਬ ਹੀ ਹੋਈ ਆ। ਸਤਨਾਮ ਨਗਰ ਵਾਰਡ ਨੰਬਰ 70 ਵਿਖੇ ਲੋਕ ਸਭਾ ਚੋਣਾਂ ਸੰਬੰਧੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ, ਸਾਬਕਾ ਕੌਂਸਲਰ ਵਿਕਾਸ ਸੋਨੀ, ਕਮਲ ਕੁਮਾਰ, ਬੰਟੀ ਕੁਮਾਰ, ਜਗੀਰ ਕੌਰ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਇਹ ਪਾਰਲੀਮੈਂਟ ਦੀਆਂ ਵੋਟਾਂ ਜਿਹੜੀਆਂ ਉਹ 25 ਤਰੀਕ ਨੂੰ ਪੈਣ ਜਾ ਰਹੀਆਂ, ਹਿੰਦੁਸਤਾਨ 'ਚ ਸਰਕਾਰ ਬਣਨੀ ਆ ਦੁਬਾਰਾ। ਸੋ ਸਾਡੇ ਛੋਟੇ ਵੀਰ ਗੁਰਜੀਤ ਸਿੰਘ ਔਜਲਾ ਜੀ, ਜਿਹੜੇ ਤੀਸਰੀ ਵਾਰ ਪਾਰਲੀਮੈਂਟ ਦਾ ਇਲੈਕਸ਼ਨ ਲੜਨ ਜਾ ਰਹੇ ਨੇ, 2 ਵਾਰ ਅੱਗੇ ਤੁਸੀਂ ਜਿਤਾਇਆ, ਤੁਹਾਡੀ ਉਹਨੇ ਸੇਵਾ ਕੀਤੀ ਹੈ ਇਸ ਸ਼ਹਿਰ ਦੀ, ਇਸ ਪਾਰਟੀ ਦੇ ਇਲਾਕੇ ਦੀ। ਉਸ ਤੁਹਾਡੇ ਵੀਰ ਨੇ ਪਾਰਲੀਮੈਂਟ 'ਚ ਆਵਾਜ਼ ਬੁਲੰਦ ਕੀਤੀ ਹੈ, ਰਾਮਨਗਰ ਇਲਾਕੇ ਦਾ ਇੱਕੋ ਬੂਥ ਜਿਹੜਾ ਹੈ ਅੱਜ ਅਸੀਂ ਮੀਟਿੰਗ ਕੀਤੀ ਹੈ। ਸੋ ਹਾਲੇ ਇੱਕ ਵੱਡਾ ਪ੍ਰੋਗਰਾਮ, ਅਸੀਂ ਵਾਰਡ ਨੰਬਰ 70 ਦਾ ਵੱਡਾ ਇੱਕ ਪ੍ਰੋਗਰਾਮ ਥੋੜ੍ਹੇ ਦਿਨਾਂ 'ਚ 2-4 ਦਿਨ 'ਚ ਕਰਨ ਜਾ ਰਹੇ ਹਾਂ। ਉਸ ਦਿਨ ਫਿਰ ਅਸੀਂ ਇੱਕ ਵੱਡਾ ਪ੍ਰੋਗਰਾਮ ਵਾਰਡ ਨੰਬਰ 70 ਦਾ ਕਰਨਾ ਹੈ। ਉਮੀਦਵਾਰ ਗੁਰਜੀਤ ਸਿੰਘ ਔਜਲਾ ਦਾ ਜਿਹਦਾ ਵਿੱਚ ਚੋਣ ਨਿਸ਼ਾਨ ਹੱਥ ਆ, ਉਹਦੇ 'ਤੇ 1 ਜੂਨ ਨੂੰ ਮੋਹਰਾਂ ਲਾਉਣੀਆਂ ਹੈ, ਉਹਨੂੰ ਜਿਤਾ ਕੇ ਪਾਰਲੀਮੈਂਟ ਭੇਜਣਾ ਹੈ। ਉੱਥੇ ਜਾ ਕੇ ਉਹ ਸ਼ੇਰ ਗੱਜੇਗਾ, ਤੁਹਾਡੇ ਅੰਮ੍ਰਿਤਸਰ ਦੇ, ਪੰਜਾਬ ਦੇ ਸਾਰਿਆਂ ਦੇ ਮਸਲੇ ਉਠਾਊਗਾ। ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਰਿਟਰਨਿੰਗ ਅਫਸਰ ਅਤੇ ਜ਼ਿਲ੍ਹਾ ਚੋਣ ਅਧਿਕਾਰੀ ਘਨਸ਼ਿਆਮ ਥੋਰੀ ਨੇ ਮੀਡੀਆ ਸਰਟੀਫਿਕੇਸ਼ਨ ਤੇ ਮੋਨੀਟਰਿੰਗ ਸੈਂਟਰ ਦਾ ਦੌਰਾ ਕਰਨ ਮੌਕੇ ਦੱਸਿਆ ਕਿ ਜਿਨ੍ਹਾਂ ਅਖ਼ਬਾਰਾਂ ਵਿੱਚ ਕੁਝ ਚੁਣਿੰਦੇ ਉਮੀਦਵਾਰਾਂ ਦੀਆਂ ਗਿੰਨੀ ਮਿੱਥੀ ਥਾਂ ਦੇ ਕੇ ਉਹਨਾਂ ਦੀ ਪ੍ਰਮੋਸ਼ਨ ਕੀਤੀ ਜਾਵੇਗੀ ਤਾਂ ਉਸ ਨੂੰ ਪੇਡ ਨਿਊਜ਼ ਮੰਨਿਆ ਜਾਵੇਗਾ। ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਵੱਲੋਂ ਨਿਊ ਅੰਮ੍ਰਿਤਸਰ ਵਿਖੇ ਚੋਣ ਰੈਲੀ ਕੀਤੀ ਗਈ। ਇਸ ਮੌਕੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ, ਨਿਊ ਅੰਮ੍ਰਿਤਸਰ ਐਸੋਸੀਏਸ਼ਨ ਦੇ ਪ੍ਰਧਾਨ ਰਸ਼ਪਾਲ ਸਿੰਘ, ਰਮੇਸ਼ ਕਪੂਰ, ਦੀਪਕ ਚਤਰਤ, ਸਰਦਾਰ ਭੁਪਿੰਦਰ ਸਿੰਘ, ਹਰਚਿੰਦਰ ਸਿੰਘ ਜੋੜੀਆ, ਹਰਚਿੰਦਰ ਸਿੰਘ ਗਿੱਲ, ਪਰਮ, ਲਖਬੀਰ ਸਿੰਘ ਚੌਹਾਨ, ਸੁਖਦੇਵ ਸਿੰਘ ਸਮੇਤ ਨਿਊ ਅੰਮ੍ਰਿਤਸਰ ਐਸੋਸੀਏਸ਼ਨ ਦੇ
ਕਈ ਹੋਰ ਨੁਮਾਇੰਦੇ ਵੀ ਹਾਜ਼ਰ ਸਨ। ਔਰ ਲਗਾਤਾਰ ਮੀਟਿੰਗਾਂ ਦੇ ਵਿੱਚ ਪਬਲਿਕ ਚ ਇੱਕੋ ਹੀ ਰਿਸਪੌਂਸ ਹੈ, ਚਿਹਰੇ ਤੋਂ ਪਤਾ ਲੱਗ ਜਾਂਦਾ ਕਿ ਪਬਲਿਕ ਕੀ ਚਾਹੁੰਦੀ ਹੈ। ਪਬਲਿਕ ਚਾਹੁੰਦੀ ਹੈ ਕੇਂਦਰ ਦੀ ਸਰਕਾਰ ਬਦਲਣਾ ਔਰ ਜਿਹੜੀ ਪੰਜਾਬ ਸਰਕਾਰ ਵੱਲੋਂ ਵੀ ਫਤਵਾ ਦੇਣਾ, ਕਿਉਂਕਿ ਦੋਨਾਂ ਸਰਕਾਰਾਂ ਤੋਂ ਪਬਲਿਕ ਬਹੁਤ ਤੰਗ ਹੈ। ਦੋਨਾਂ ਸਰਕਾਰਾਂ ਜੋ ਪਬਲਿਕ ਨੇ ਮਨ ਬਣਾਇਆ ਔਰ ਕਾਂਗਰਸ ਪਾਰਟੀ ਨਾਲ, ਕਿਉਂਕਿ ਕਾਂਗਰਸ ਪਾਰਟੀ ਨੇ ਵੱਡੀ ਲੜਾਈ ਲੜੀ ਹੈ ਸੰਵਿਧਾਨ ਦੀ ਰੱਖਿਆ ਵਾਸਤੇ, ਸੰਵਿਧਾਨ ਬਚਾਉਣ ਵਾਸਤੇ, ਉਹ ਲੋਕਾਂ ਦੇ ਮਨ ਦੇ ਵਿੱਚ ਹੈ। ਲੋਕ ਚਾਹੁੰਦੇ ਆ ਕਿ ਕਾਂਗਰਸ ਪਾਰਟੀ ਦਾ ਉਮੀਦਵਾਰ ਹੀ ਜਿੱਤੇ, ਕਾਂਗਰਸ ਪਾਰਟੀ ਦੀ ਸਰਕਾਰ ਹੀ ਬਣੇ। ਔਜਲਾ ਸਾਹਿਬ ਨੇ ਸਾਨੂੰ ਤੇ ਅੱਗੇ ਹੀ ਉਹਨਾਂ ਤੇ ਬਹੁਤ ਵਿਸ਼ਵਾਸ ਹੈ ਜੀ। ਉਹ ਦਿਨ ਰਾਤ ਇੱਕ ਕਰਕੇ ਅੰਮ੍ਰਿਤਸਰ ਦੇ ਲੋਕਾਂ ਨਾਲ ਖਲੋਂਦੇ ਆ, ਹਰ ਇੱਕ ਦੁੱਖ ਸੁੱਖ ਦੇ ਵਿੱਚ ਭਾਈ ਵਾਲ ਹੁੰਦੇ ਆ। ਤੁਹਾਨੂੰ ਪਤਾ, ਤੁਸੀਂ ਸਾਰੇ ਭਲੀ ਭਾਂਤ ਜਾਣੂ ਆ, ਇੱਕ ਸਾਲ ਉਹ ਗਰਮੀ ਸਰਦੀ ਦੇ ਵਿੱਚ ਦਿੱਲੀ ਦੀ ਸੜਕ ਦੇ ਲੰਮੇ ਪੈ ਰਹੇ ਆ। ਆਪ ਸਾਹਿਬ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੇਬਲ ਆਪਰੇਟਰ ਦੇ ਕੁਝ ਕਰਮਚਾਰ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਤੇ ਗ੍ਰਾਹਕਾਂ ਨੂੰ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ। ਆਪ ਸਾਹਿਬ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਵੀ ਕਰਮਚਾਰ ਆਪ ਜੀ ਨੂੰ ਗੁੰਮਰਾਹ ਤੇ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਿਕ ਨੂੰ ਇਤਲਾਹ ਦੇਵੋ। ਲੋਕ ਸਭਾ ਚੋਣਾਂ 2024 ਵਿੱਚ ਆਮ ਲੋਕਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ ਲਈ ਸ਼ਹਿਰ ਦੀਆਂ ਮੁੱਖ ਥਾਵਾਂ ਤੇ ਸਵੀਪ ਰੰਗੋਲੀਆਂ ਬਣਵਾਈਆਂ ਜਾ ਰਹੀਆਂ ਹਨ। ਇਸੇ ਲੜੀ ਵਜੋਂ ਇਨਕਮ ਟੈਕਸ ਵਿਖੇ ਸਵੀਪ ਰੰਗੋਲੀ ਬਣਾਈ ਗਈ। ਇਹਨਾਂ ਰੰਗੋਲੀਆਂ ਨੂੰ ਬਣਾਉਣ ਵਾਲੀ ਟੀਮ ਦੇ ਇੰਚਾਰਜ ਸੰਜੇ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਰੰਗੋਲੀ ਐਪ ਰਾਹੀਂ ਲੋਕਾਂ ਤੱਕ ਚੋਣ ਸੁਨੇਹਾ ਪਹੁੰਚਾ ਰਹੇ ਹਨ। ਹੋਟਲ ਬੈਸਟ ਵੈਸਟਰਨ ਰਣਜੀਤ ਐਵਨਿਊ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਚੋਣ ਮੀਟਿੰਗ ਦਾ ਆਯੋਜਨ ਅਪਰਨਾ ਐਡਵੋਕੇਟ ਸੁਪ੍ਰਿਆ ਪਲਵੀ ਅਗਰਵਾਲ ਵੱਲੋਂ ਕਰਵਾਇਆ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੇ ਚੋਣ ਮੀਟਿੰਗ ਨੂੰ ਸੰਬੋਧਨ ਕੀਤਾ। ਇੱਕ ਝੂਠਾ ਇਨਕਲਾਬ, ਇੱਕ ਅਲੱਗ ਤਰ੍ਹਾਂ ਦੀ ਸੋਚ ਲੋਕਾਂ ਨੂੰ ਫੋਰਸਲੀ ਦਿਮਾਗ 'ਚ ਪਾਈ ਗਈ ਕਿ ਅਸੀਂ ਬੜੇ ਅਲੱਗ ਤਰ੍ਹਾਂ ਦੇ ਇਮਾਨਦਾਰ ਬੰਦੇ ਹਾਂ, ਜਿਹੜਾ ਕਿ ਅੱਜ ਜਲੂਸ ਹੀ ਨਿਕਲ ਗਿਆ ਉਹਨਾਂ ਦਾ, ਸਭ ਅੰਦਰ ਆ ਕਰਪਟ ਲੋਕ ਆ, ਇਹ ਆ ਵੀ ਉਹਨਾਂ ਨੇ ਹਿਪਨੋਟਾਈਜ਼ ਕਰ ਲਿਆ ਲੋਕਾਂ ਨੂੰ, ਕਲਾਕਾਰ ਆ, ਮੋਟੀਵੇਸ਼ਨਲ ਸਪੀਚਸ ਉਹਨਾਂ ਨੂੰ ਆਉਂਦੀਆਂ ਝੂਠੀ ਮੋਟੀਵੇਸ਼ਨਲ, ਮਤਲਬ ਇਹ ਆ ਕਿ ਝੂਠਾ ਇਨਕਲਾਬ ਇਹਨੂੰ ਕਵਾਂਗੇ, ਹਨਾ, ਮਤਲਬ ਕੁਛ ਨਹੀਂ ਕੀਤਾ, ਸਭ ਝੂਠ ਭਰੋਸਾ ਲੋਕਾਂ ਅੱਗੇ, ਕਿਉਂਕਿ ਲੋਕ ਵੈਸੇ ਹੀ ਅੱਗੇ ਸੀ, ਜ਼ਿਆਦਾ ਗਰੀਬ ਲੋਕ ਜਿਹੜੇ ਹੁੰਦੇ ਆ ਵੀ ਇਹ ਪਾਰਟੀ ਵੇਲੇ ਆ, ਚਲੋ ਇਹਨਾਂ ਨੂੰ ਵੀ ਵੇਖ ਲਈਏ ਇੱਕ ਵਾਰੀ। ਸਭ ਤੋਂ ਵੱਧ ਵੋਟ ਜਿਹੜੀ ਨਿਸ਼ਾਨ ਨੂੰ ਪਈ ਹੈ ਉਹ ਝਾੜੂ ਨੂੰ ਪਈ ਆ, ਇੱਕ ਸਰਵੇ ਆ ਬੰਦ ਤੋਂ ਕਿਸਮਤੀ ਹੈ ਇਸ ਐਡੀ, ਮਤਲਬ ਇਸ 21ਵੀਂ ਸਦੀ ਦੇ ਵਿੱਚ, ਇਹ ਸਮਝ ਲਓ ਵੀ ਬਦਕਿਸਮਤੀ ਇਹ ਆ ਵੀ ਲੋਕਾਂ ਨੂੰ 60% ਸਰਵੇ ਹੋਇਆ, ਜਿੱਥੇ ਗੂਗਲ ਦਾ ਜ਼ਮਾਨਾ, ਐਂ ਟਿਕ ਕਰਦੇ ਹਾਂ ਸਾਰੀ ਦੁਨੀਆਂ ਦਾ ਖਾਤਾ, ਕੋਈ ਚੀਜ਼ ਇੱਕ ਮਿੰਟ 'ਚ ਸਾਡੇ ਸਾਹਮਣੇ ਆ ਜਾਂਦੀ ਹੈ ਵੀ ਇਹ ਕੀ ਹੈ, ਇਹਦੇ ਬਾਰੇ ਜਾਣਨਾ ਚਾਹੀਏ ਕਿਸੇ ਬਾਰੇ। ਅਤੇ ਉਹ ਸਰਵੇ ਜਿਹੜਾ ਹੋਇਆ ਨਾ ਜੀ, ਉਹ ਸਰਵੇ ਕੰਪਨੀ ਨੇ ਲੇਡੀਜ਼ ਨੂੰ ਵੀ ਪੁੱਛਿਆ, ਗਰੀਬਾਂ ਨੂੰ ਵੀ ਪੁੱਛਿਆ, ਵਪਾਰੀਆਂ ਨੂੰ ਵੀ ਪੁੱਛਿਆ, ਸਭ ਨੂੰ ਪੁੱਛਿਆ, ਵੋਟ ਕਿਹਨੂੰ ਪਾਈ ਜੀ, ਝਾੜੂ ਨੂੰ ਆਉਂਦੇ, MLA ਕੌਣ ਹੈ ਪਤਾ ਨਹੀਂ। ਲੋਕ ਸਭਾ ਚੋਣਾਂ 2024 ਲੜ ਰਹੇ ਉਮੀਦਵਾਰਾਂ ਦੇ ਖਰਚੇ ਅਤੇ ਸਰਵੇਲੈਂਸ ਟੀਮਾਂ ਆਪਣੀ ਤਿੱਖੀ ਨਜ਼ਰ ਰੱਖ ਰਹੀਆਂ ਹਨ। ਇਸ ਲਈ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਨੂੰ ਚਾਹੀਦਾ ਕਿ ਉਹ ਆਪਣਾ ਖਰਚਾ ਰਜਿਸਟਰ ਮੇਨਟੇਨ ਰੱਖਣ ਤਾਂ ਜੋ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਇਸ ਸੰਬੰਧੀ ਖਰਚਾ ਅਬਜ਼ਰਵਰ ਗਣੇਸ਼ ਸੁਧਾਕਰ ਨੇ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਨਾਲ ਮੀਟਿੰਗ ਕੀਤੀ ਅਤੇ ਜਾਣਕਾਰੀ ਸਾਂਝੀ ਕੀਤੀ। ਹਾਲ ਬਾਜ਼ਾਰ ਵਿਖੇ ਸੁਨੀਲ ਸ਼ੈਟੀ ਦੀ ਅਗਵਾਈ ਹੇਠ ਰੈਲੀ ਕਰਵਾਈ ਗਈ। ਇਸ ਮੌਕੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ, ਸਾਬਕਾ ਕੌਂਸਲਰ ਵਿਕਾਸ ਸੋਨੀ, ਪਰਮਜੀਤ ਚੋਪੜਾ, ਅਮਨ ਵੇਰਕਾ ਸਮੇਤ ਕਈ ਲੋਕ ਹਾਜ਼ਰ ਸਨ।
ਸੁਖਜੀਤ ਸਿੰਘ ਔਜਲਾ ਨੇ 1 ਜੂਨ ਨੂੰ ਤੁਸੀਂ ਵੋਟਾਂ ਪਾਉਣੀਆਂ, 4 ਨੂੰ ਜਦੋਂ ਤੁਸੀਂ ਰਿਜ਼ਲਟ ਸੁਣਨੇ ਆ ਤੇ ਫਿਰ ਤੁਸੀਂ ਪਟਾਕੇ ਵੀ ਚਲਾਉਣੇ ਠਾ 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 ਤੇ ਲੱਡੂ। ਸੁਖਜੀਤ ਔਜਲਾ ਨੇ ਪਾਰਲੀਮੈਂਟ 'ਚ ਜਾ ਕੇ 5 ਸਾਲ ਤੁਹਾਡਾ ਕੰਮ ਕਰਿਆ, ਸਿਰਫ ਤੇ ਸਿਰਫ ਲਗਭਗ ਕੋਈ 10 ਦਿਨ ਦਾ ਟਾਈਮ ਸਾਡਾ ਰਹਿ ਗਿਆ। ਸੋ ਅੱਜ ਸਾਡੇ ਵਿੱਚ ਇਸ ਪ੍ਰੋਗਰਾਮ ਦੀ ਮੀਟਿੰਗ ਵਿੱਚ ਅੱਜ ਕਿਉਂਕਿ ਕਾਉਂਟੀ ਜੀ ਨੇ ਸਿਰਫ ਵਾਰਡ ਦੇ ਜਿਹੜੇ ਖਾਸ ਜਿਹੜੇ ਡੈਲੀਗੇਟ ਬੂਥ ਆ ਜਿਹੜੇ ਉਹ ਲੋਕਾਂ ਦੀ ਮੀਟਿੰਗ ਬੁਲਾਈ ਹੈ ਜਿਹੜੇ ਸਾਡੇ ਡੈਲੀਗੇਟ ਬੂਥਾਂ ਦੇ ਬਾਹਰ ਜਾਂ ਅੰਦਰ ਬੈਠਦੇ ਨੇ। ਔਰ ਇੱਕ ਸੋਨੀ ਸਾਹਿਬ ਨੇ ਕਿਹਾ ਸੀ ਕਿ ਪਹਿਲੋਂ ਇੱਕ ਮੀਟਿੰਗ ਉਹ ਕਰਨੀ ਹੈ ਜਿਹੜੇ ਵਾਰਡ ਦੀ ਇਲੈਕਸ਼ਨ ਲੜਦੇ ਨੇ। ਹਲਕਾ ਆਸ਼ਨਾਲਾ ਅਧੀਨ ਆਉਂਦੇ ਬਾਬਾ ਗਮਚੁੱਕ ਵਿਖੇ ਭਾਰਤੀ ਜਨਤਾ ਪਾਰਟੀ ਦੀ ਚੋਣ ਰੈਲੀ ਦਾ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਐਮਐਲ ਅਮਰਪਾਲ ਸਿੰਘ ਬੋਨੀ ਦੀ ਅਗਵਾਈ ਵਿੱਚ ਕਰਵਾਇਆ ਗਿਆ। ਇਸ ਮੌਕੇ ਉਚੇਚੇ ਤੌਰ ਤੇ ਰੈਲੀ ਵਿੱਚ ਭਾਰਤੀ ਜਨਤਾ ਪਾਰਟੀ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਰੈਲੀ ਨੂੰ ਸੰਬੋਧਨ ਕੀਤਾ। ਇਸ ਮੌਕੇ ਇਲਾਕਾ ਨਿਵਾਸੀਆਂ ਨੇ ਸੰਧੂ ਸਮੁੰਦਰੀ ਦੇ ਵਿਚਾਰ ਸੁਣੇ। ਬਿਲਕੁਲ, ਇਹ ਬਾਰਡਰ ਦਾ ਏਰੀਆ ਆ ਤੇ ਨਾਲੇ ਹਲਕੇ 'ਚ ਪੈਂਦਾ ਆ। ਅਸੀਂ ਤੁਸੀਂ ਖੁੱਲ੍ਹ ਕੇ ਸੁਣਿਆ ਕਿ ਲੋਕਾਂ ਨੇ ਆਪਣੀਆਂ ਪਰੇਸ਼ਾਨੀਆਂ ਵੀ ਦੱਸੀਆਂ, ਮੁਸ਼ਕਲਾਂ ਵੀ ਦੱਸੀਆਂ। ਇਹ ਪਿਛਲੇ 2 ਟਰਮਾਂ ਦੇ ਔਜਲਾ ਸਾਹਿਬ ਇੱਥੇ ਦੇ ਮੈਂਬਰ ਪਾਰਲੀਮੈਂਟ ਨੇ ਇਹ ਦੱਸਣ ਕਿ ਇਸ ਇਲਾਕੇ ਲਈ ਕੀ ਕੀਤਾ। ਤੁਸੀਂ ਕਿਸੇ ਵੀ ਮੇਰੀ ਭੈਣ ਜਾਂ ਭਰਾ ਤੋਂ ਪੁੱਛ ਲਓ, ਤੁਹਾਨੂੰ ਇਹ ਦੱਸਣਗੇ ਇੱਥੋਂ ਦੀਆਂ ਕੀ ਮੁਸ਼ਕਲਾਂ ਨੇ। ਇੱਥੋਂ ਦੀ ਤਾਰ ਦੀ ਮੁਸ਼ਕਲ ਆ, ਇੱਥੇ ਨਸ਼ਿਆਂ ਦੀ ਮੁਸ਼ਕਲ ਆ, ਇੱਥੇ ਕਾਨੂੰਨੀ ਵਿਵਸਥਾ ਦੀ ਮੁਸ਼ਕਲ ਆ, ਇੱਥੇ ਜਿਹੜੇ ਸਾਡਾ ਭਾਈਚਾਰਾ ਆ, ਜਿਹੜੇ ਸਾਡੇ ਭਰਾ ਨੇ ਜਿਹੜੇ ਇੱਥੇ ਫਾਰਮਿੰਗ ਕਰਦੇ ਨੇ, ਉਹਨਾਂ ਦੀਆਂ ਇਨਕਮਾਂ ਘਟਦੀਆਂ ਹੀ ਜਾ ਰਹੀਆਂ ਆ, ਬੇਰੁਜ਼ਗਾਰੀ ਵੱਧਦੀ ਜਾ ਰਹੀ ਆ। ਇਸ ਕਰਕੇ ਹੁਣ ਲੋਕ ਅੱਕ ਗਏ ਨੇ, ਉਹ ਚਾਹੁੰਦੇ ਨੇ ਕਿ ਇਸ ਇਲਾਕੇ ਦੀ ਵੀ ਤਰੱਕੀ ਹੋਵੇ। ਜੋ ਤਰੱਕੀ ਪ੍ਰਧਾਨ ਮੰਤਰੀ ਮੋਦੀ ਬਾਕੀ ਭਾਰਤ 'ਚ ਲਿਆਏ ਨੇ, ਉਹ ਤਰੱਕੀ ਅਸੀਂ ਐਤਕਾਂ ਅੰਮ੍ਰਿਤਸਰ ਦੀ ਤੇ ਇਸ ਇਲਾਕੇ ਦੀ ਵੀ ਕਰਨੀ ਹੈ। ਵਿਧਾਨ ਸਭਾ ਹਲਕਾ ਰਾਜਾ ਸਾਂਸੀ ਦੇ ਅਧੀਨ ਆਉਂਦੇ ਪਿੰਡ ਮਾਨਾਵਾਲਾ ਵਿਖੇ ਕਾਂਗਰਸ ਪਾਰਟੀ ਦੇ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਸੁਖਪਿੰਦਰ ਸਿੰਘ ਸੁੱਖ ਸਰਕਾਰੀਆ ਅਤੇ ਚੇਅਰਮੈਨ ਦਿਲਰਾਜ ਸਿੰਘ ਸਰਕਾਰੀਆ ਦੀ ਅਗਵਾਈ ਹੇਠ ਪਿੰਡ ਮਾਨਾਵਾਲਾ ਵਿਖੇ ਹਰਮਨ ਸਿੰਘ ਮਾਨ ਦੇ ਗ੍ਰਹਿ ਵਿਖੇ ਮੀਟਿੰਗ ਦੌਰਾਨ ਕਾਂਗਰਸੀ ਵਰਕਰਾਂ ਦਾ ਭਰਵਾਂ ਇਕੱਠ ਕੀਤਾ ਗਿਆ। ਤੇ ਜੇ ਉਹਨਾਂ ਦੀ ਮਰਜ਼ੀ ਹੈ, ਜੋ ਮਰਜ਼ੀ ਉਹ ਕਹਿ ਦੇਣ, ਮੈਂ ਕੋਈ ਉਹਨਾਂ ਦੀ ਬੁਰਾਈ ਨਹੀਂ ਹੁਣ ਕਰਨੀ ਚਾਹੁੰਦਾ। ਉਹਨਾਂ ਦੀ ਮਰਜ਼ੀ, ਉਹਨਾਂ ਦੀ ਆਪਣੀ ਸੋਚ ਹੈ, ਪਰਮਾਤਮਾ ਉਹਨਾਂ ਦੀ ਸੋਚ ਨੂੰ ਠੀਕ ਰੱਖੇ ਜੇ ਉਹਨਾਂ ਨੇ ਠੀਕ ਫੈਸਲਾ ਲਿਆ। ਪਰ ਮੈਂ ਤੁਹਾਨੂੰ ਅੱਜ ਬੇਨਤੀ ਕਰਦਾ ਕਿ ਇਹ ਮੈਂ ਕੰਮ ਪ੍ਰਾਇਓਰਟੀ 'ਤੇ ਆ, ਕਿਉਂਕਿ ਸਾਡੇ ਕੋਲ ਇਸ ਵੇਲੇ ਸਰਕਾਰ ਦੂਜੀ ਆ, ਫੰਡ ਕੋਈ ਨਹੀਂ। ਪਰ ਮੈਂ ਮੈਂਬਰ ਪਾਰਲੀਮੈਂਟ ਦੇ ਕੋਟੇ 'ਚੋਂ ਜਿਹੜੇ ਪੈਸੇ ਹੁੰਦੇ ਆ, ਉਹਦੇ ਵਿੱਚੋਂ ਤੁਹਾਡੇ ਲਈ ਥਾਂ ਦੇ ਲਈ ਭਾਵੇਂ 10 ਲੱਖ ਲੱਗੇ, 15 ਲੱਖ ਲੱਗੇ, 20 ਲੱਖ ਲੱਗੇ, ਉਹ ਮੈਂ ਲੈ ਕੇ ਤੁਹਾਡੇ ਥਾਂ ਨੂੰ ਪਹਿਲਾ ਕੰਮ ਇਹ ਕਰੂੰਗਾ ਜਿੱਦਣ ਗੁਰਜੀਤ ਸਿੰਘ ਐਮ ਮੈਂਬਰ ਪਾਰਲੀਮੈਂਟ ਬਣ ਗਿਆ, ਅਤੇ ਉਹਦੇ ਫੰਡ ਦੇ ਵਿੱਚੋਂ ਲੈ ਕੇ ਮੈਂ ਤੁਹਾਨੂੰ ਪੈਸੇ ਦਊਂਗਾ। ਪਰ ਪੈਸੇ ਤੁਹਾਡੇ ਕੋਲ ਪਹਿਲੇ ਵੀ ਪਏ ਆ, ਹੁਣ ਸਰਪੰਚ ਰਿਹਾ ਨਹੀਂ, ਹੁਣ ਤੋਂ ਲਿਆਉਣਾ ਮੈਂ ਸਰਪੰਚ ਵੀ, ਹੁਣ ਪੈਸੇ ਜਾ ਚੁੱਕੇ ਆ। ਹਲਕਾ ਉੱਤਰੀ ਅਧੀਨ ਰਣਜੀਤ ਐਵਨਿਊ ਏ ਬਲਾਕ ਵਿਖੇ ਉਪਿੰਦਰ ਸਿੰਘ ਪ੍ਰਿੰਸ ਦੇ ਗ੍ਰਹਿ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਕਰਵਾਈ ਗਈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੇ ਮੀਟਿੰਗ ਵਿੱਚ ਸ਼ਿਰਕਤ ਕੀਤੀ ਅਤੇ ਉਹਨਾਂ ਨੇ ਅੰਮ੍ਰਿਤਸਰ ਵਿੱਚ ਹੋਣ ਵਾਲੇ ਕੰਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਉਹਨਾਂ ਦੇ ਨਾਲ ਕੁਲਦੀਪ ਸਿੰਘ ਸੋਨ, ਰਵਿੰਦਰ ਸਿੰਘ ਗੋਲਡੀ, ਲਫੀ ਚੌਹਾਨ, ਜਿੰਮੀ ਵੀ ਹਾਜ਼ਰ ਸਨ। ਜਦੋਂ ਥੋੜ੍ਹਾ ਹੁੰਦਾ ਨਾ, ਪਿਛਲੀਆਂ 2 ਇਲੈਕਸ਼ਨਾਂ ਜਿਹੜੀਆਂ, ਤੁਹਾਨੂੰ ਪਤਾ ਉਹ ਨਵੇਂ ਤਜਰਬੇ ਹੋਏ ਇੱਥੇ, ਉਹ ਤਜਰਬਿਆਂ 'ਚ ਲੋਕਾਂ ਵੀ ਕੁਛ ਨਹੀਂ ਥੱਕਿਆ,
ਪਰ ਇਹ ਆ ਵੀ ਜਦੋਂ ਜਾਈਦਾ ਹੈ ਨਾ ਤਾਂ ਥੋੜ੍ਹਾ ਜਿਹਾ ਸਟ੍ਰੈਸ ਵੀ ਹੁੰਦਾ, ਥਕਾਵਟ ਜਾਂਦੀ ਹੁੰਦੀ ਜਾਂਦੀ ਹੁੰਦੀ, ਐਰਕੀ ਥਕਾਵਟ ਨਹੀਂ ਹੋ ਰਹੀ ਤਾਂ ਉਹੀ ਹੈ ਕਿ ਤੁਹਾਡੇ ਵੀ ਹੱਸਦੇ ਚਿਹਰੇ ਨਜ਼ਰ ਆਉਂਦੇ ਆ ਅਤੇ ਪੋਜ਼ਿਟਿਵ ਲੱਗਦਾ ਵੀ ਐਰਕੀ ਆਪਾਂ ਜਿੱਤੀਏ ਅਤੇ ਕੁਛ ਕਰੀਏ। ਉਹ ਪੰਜੇ ਵਾਲੇ ਆਏ, ਝਾੜੂ ਵਾਲੇ ਆਏ, ਦੋ ਤਜਰਬੇ ਹੋ ਗਏ, ਉਹ ਕਰਦਾ ਧਿਆਨ ਯਾਰ ਜੋ ਪ੍ਰਭੂ ਕਰਦਾ ਚੰਗਾ ਕਰਦਾ, ਉਹਨੇ ਸਾਡੇ ਕੋਲ ਵੱਡਾ ਕੰਮ ਲੈਣਾ ਹੋਊਗਾ, ਇਸ ਕਰਕੇ ਸਾਨੂੰ ਥੋੜ੍ਹਾ ਪੈਂਡਿੰਗ ਰੱਖਿਆ ਸਾਈਡ 'ਤੇ, ਆਪਾਂ ਪੋਜ਼ਿਟਿਵ ਸੋਚੀ ਹਾਂ ਆਪਾਂ, ਬਿਲਕੁਲ ਬਿਲਕੁਲ ਵੱਡਾ ਕੰਮ ਹੈ, ਨੌਨ ਕੌਨਫਰੰਸ ਦੀਆਂ ਸੰਬੋਧਨ ਕੀਤਾ ਅਤੇ ਆਪਣੇ ਵੱਲੋਂ ਪਿਛਲੇ ਸਮੇਂ ਵਿੱਚ ਕੀਤੇ ਗਏ ਕੰਮਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸਾਬਕਾ ਚੇਅਰਮੈਨ ਦਿਨੇਸ਼ ਪੱਸੀ, ਅਮਨ ਵੱਲਾ, ਹਰਚਿੰਦਰ ਸਿੰਘ, ਗਗਨ ਵੱਲਾ, ਬਾਬਾ ਗੋਰਾ ਅਤੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਸ਼ਾਮਿਲ ਸਨ। ਬਹੁਤ ਹੁੰਗਾਰਾ ਮਿਲਿਆ ਵੱਲੇ ਦੇ ਵਿੱਚ, ਆ ਕੋਈ ਸਾਰੀ ਸੰਗਤ ਖੜੀ ਹੈ, ਇਹਨਾਂ ਨੇ ਬੜਾ ਵੱਡਾ ਔਰਗਨਾਈਜ਼ ਕੀਤਾ ਸੀ ਜਿਹੜਾ ਜਲਸਾ ਸੀ, ਔਰ ਉਹਦੇ 'ਚ ਅਸੀਂ ਮੁੱਦੇ ਆਪਣੇ ਜਿਹੜੇ ਲੋਕ ਮੁੱਦੇ ਹੈ ਉਹ ਡਿਸਕਸ ਹੋਏ ਵੀ ਕਿੰਨਾ ਕੰਮ ਕੀਤਾ, ਕਿਵੇਂ ਕੀਤਾ। ਇਹ ਗੁਰੂ ਕਾ ਵੱਲਾ ਗੁਰੂ ਕਾ ਗੱਲਾ ਜਿਹੜਾ ਹੈ, ਉੱਥੇ ਪਰਮਾਤਮਾ ਦੇ ਘਰ ਅਸੀਂ ਨਤਮਸਤਕ ਹੋ ਕੇ ਆਸ਼ੀਰਵਾਦ ਲਿਆ, ਔਰ ਆਪਣੀ ਜਿਹੜੀ ਚੋਣ ਮੈਮ ਜਿਹੜੀ ਇਸੇ ਤਰ੍ਹਾਂ ਹੀ ਅਸੀਂ ਲੋਕ ਹਿੱਤ ਵਾਸਤੇ, ਦੇਸ਼ ਹਿੱਤ ਵਾਸਤੇ ਕਾਰੀ ਜਾਰੀ ਰੱਖਾਂਗੇ, ਔਰ ਉਹਦਾ ਆਸ਼ੀਰਵਾਦ ਅਸੀਂ ਅੱਜ ਇੱਥੇ ਅਸੀਂ ਆਪਣਾ ਸਾਡੇ ਸਾਰੇ ਪਿੰਡ ਵਾਲਿਆਂ ਨੇ ਔਜਲਾ ਸਾਹਿਬ ਦੀ ਰੈਲੀ ਰਖਾਈ ਸੀ ਅਤੇ ਬਹੁਤ ਸੰਗਤ ਦਾ ਇਕੱਠ ਹੋਇਆ ਸੀ ਅਤੇ ਸਾਰਿਆਂ ਨੇ ਹਾਮੀ ਭਰੀ ਹੈ ਜੀ, ਤੁਹਾਡੀ ਪੂਰਾ ਸਾਥ ਦੇਵਾਂਗੇ, ਤੁਹਾਨੂੰ ਪੂਰੀਆਂ ਵੋਟਾਂ ਪਵਾਵਾਂਗੇ। ਨਿਊ ਗਾਰਡਨ ਕਲੋਨੀ ਵਿਖੇ ਭਾਰਤੀ ਜਨਤਾ ਪਾਰਟੀ ਦੀ ਚੋਣ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਭਾਰਤੀ ਜਨਤਾ ਪਾਰਟੀ ਲੋਕ ਸਭਾ ਹਲਕੇ ਤੋਂ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਚੋਣ ਮੀਟਿੰਗ ਵਿੱਚ ਸ਼ਿਰਕਤ ਕੀਤੀ ਅਤੇ ਉਹਨਾਂ ਨੇ ਅੰਮ੍ਰਿਤਸਰ ਵਿੱਚ ਹੋਣ ਵਾਲੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸਾਬਕਾ ਸਾਂਸਦ ਸ਼ਵੇਤ ਮਲ, ਭਾਰਤੀ ਜਨਤਾ ਪਾਰਟੀ ਦੇ ਆਗੂ ਰਾਕੇਸ਼ ਗਿੱਲ, ਹਲਕਾ ਉੱਤਰੀ ਤੋਂ ਹਲਕਾ ਇੰਚਾਰਜ ਸੁਖਵਿੰਦਰ ਸਿੰਘ ਪਿੰਟੂ ਸਮੇਤ ਭਾਜਪਾ ਆਗੂ ਹਾਜ਼ਰ ਸਨ। ਸਾਫ ਸਫਾਈ ਦੀ, ਸੈਨੀਟੇਸ਼ਨ ਦੀ, ਜਿਹੜੀ ਗੰਦਗੀ ਇਕੱਠੀ ਹੋਈ ਹੈ, ਅਗਰ ਇੰਦੌਰ ਸ਼ਹਿਰ 6 ਸਾਲਾਂ 'ਚ ਕਿੱਥੋਂ ਕਿੱਥੇ ਪਹੁੰਚ ਸਕਦਾ, ਅਤੇ 8 ਸਾਲ ਦੇ ਤਾਂ ਸਾਡੇ MP ਸਾਹਿਬ ਬੈਠੇ ਨੇ, ਕਦੀ ਸੋਚਿਆ, ਕਦੀ ਉਹ ਵਿਜ਼ਨ ਦੇਖੀ, ਆ ਇੱਥੇ ਗੰਦਾ ਨਾਲਾ ਆ ਉਹਨੂੰ ਨਹੀਂ ਕਵਰ ਕਰਵਾ ਸਕੇ, ਅਤੇ ਉਹਨੂੰ ਕਵਰ ਕਰਦੇ ਨੇ, ਇੰਨੀ ਸੋਚ ਨਹੀਂ ਹੈਗੀ। ਇੱਕ ਦੂਜੇ ਜਿਹੜੇ ਮੰਤਰੀ ਜੀ ਰਹੇ ਨੇ ਉਹ ਕਹਿੰਦੇ ਮੈਂ ਆਪਣੇ ਇਲਾਕੇ 'ਚ ਕਵਰ ਕਰਵਾ ਤਾ, ਜਪਾਨ ਦਾ ਪੈਸਾ ਉਹਦੇ 'ਚ ਲਗਾ ਤਾ। ਚਲੋ ਹੁਣ ਇਹ ਦੱਸੋ, ਇਹ ਸਮਝ ਵਾਲੀ ਕਵਰ ਹੈ? ਉਹ ਹਾਲੇ ਵੀ ਹੈ, ਗੈਸਿਸ ਹਾਲੇ ਵੀ ਨੇ, ਕੱਲ੍ਹ ਬਲਾਸਟ ਹੋਵੇਗਾ ਤਾਂ ਕੌਣ ਰਿਸਪੋਂਸੀਬਲ ਹੋਵੇਗਾ? ਅੱਜ ਕੱਲ੍ਹ ਦੇ ਜ਼ਮਾਨੇ ਜਦੋਂ ਟੈਕਨੋਲੋਜੀ, ਜਦੋਂ ਸੀਵਰੇਜ ਪਲਾਂਟ, ਜਦੋਂ ਵਾਟਰ ਪਲਾਂਟਸ ਸਭ ਆਪਣੇ ਭਾਰਤ 'ਚ ਲੱਗ ਰਹੇ ਨੇ ਅਤੇ ਅਸੀਂ ਅੰਮ੍ਰਿਤਸਰ ਉਹਦੇ ਬਾਰੇ ਸੋਚਦੇ ਹੀ ਨਹੀਂ। ਫਾਸਟਵੇਦਾ ਫਿਲਮੀ ਚੈਨਲ ਨੰਬਰ 240 'ਤੇ, ਫਾਸਟਵੇ ਮੂਵੀ ਚੈਨਲ ਨੰਬਰ 241 'ਤੇ, ਫਾਸਟਵੇ ਮੈਟਰੋ ਚੈਨਲ ਨੰਬਰ 242 'ਤੇ, ਫਾਸਟਵੇ ਮਿਊਜ਼ਿਕ ਚੈਨਲ ਨੰਬਰ 243 'ਤੇ, ਗੁਰਦੁਆਰਾ ਸ਼ਹੀਦਾਂ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556, ਸ਼੍ਰੀ ਦੁਰਗਿਆਨਾ ਤੀਰਥ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 'ਤੇ ਕੀਤਾ ਜਾ ਰਿਹਾ। ਮੰਦਿਰ ਲਾਲ ਭਵਨ ਮਾਡਲ ਟਾਊਨ ਵਿਖੇ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 'ਤੇ ਕੀਤਾ ਜਾਂਦਾ ਹੈ। ਫਾਸਟਵੇ ਦੇ ਲੋਕਲ ਚੈਨਲ ਅਤੇ ਐਡਵਰਟੀਜ਼ਮੈਂਟ ਦੇਣ ਲਈ ਫੋਨ ਨੰਬਰ 7009300888 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਤੁਸੀਂ ਵੇਖੋਗੇ ਵੱਧ ਰਹੀ ਗਰਮੀ ਕਾਰਨ ਪੰਜਾਬ ਸਰਕਾਰ ਨੇ ਲਿਆ ਫੈਸਲਾ, ਸਾਰੇ ਸਕੂਲ ਵਿੱਚ ਕੀਤਾ ਛੁੱਟੀ ਦਾ ਐਲਾਨ। ਇਹ ਤੇ ਕੁਛ ਹੋਰ ਖਬਰਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। फनलैंड अपने बच्चों को नेचर का अनुभव और राइड्स का फन दीजिए। आइए कंपनी बाग में सबके मनपसंद फनलैंड में और मजे लीजिए बेशुमार राइड्स, बोटिंग, रेस्टोरेंट, हॉर्स राइडिंग, आर्टिफिशियल जू, डांस और बहुत सारी एक्साइटिंग एक्टिविटीज का। Funland in your city, unlimited fun. Tujhe dekha hua pagal, pagal, pagal. Body, body, just a bottle, bottle, bottle. Pasa chane ja, pan meri Yamaha. Let me hit the throttle. Let me make you move. Let me make you move. Come bad boy, baby, bando thoda crack. Yeah, jaan leva, is a mera swag. Yeah, let me make you move. Let me make you move. ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਗਰਮੀ ਦਾ ਕਹਿਰ ਵੱਧ ਰਿਹਾ ਅਤੇ ਵੇਖਣ ਵਿੱਚ ਆ ਰਿਹਾ ਕਿ ਸ਼ਹਿਰ ਦਾ ਕੋਈ ਵੀ ਹਿੱਸਾ ਇਸ ਤੋਂ ਬਚਿਆ ਨਹੀਂ। ਦਿਨ ਦੇ ਨਾਲ ਨਾਲ ਸਵੇਰ ਅਤੇ ਸ਼ਾਮ ਵੀ ਗਰਮੀ ਦਾ ਅਹਿਸਾਸ ਕਰਵਾ ਰਹੀਆਂ ਹਨ। ਪੰਜਾਬ ਸਰਕਾਰ ਵੱਲੋਂ ਵਧੀਆ ਉਪਰਾਲਾ ਕੀਤਾ ਗਿਆ ਜਿਸ ਵਿੱਚ ਸਕੂਲਾਂ ਨੂੰ ਛੁੱਟੀਆਂ ਦੇਣ ਦਾ ਹੁਕਮ ਜਾਰੀ ਕੀਤਾ ਗਿਆ। ਸਾਰੇ ਪੰਜਾਬ ਦੇ ਸਕੂਲਾਂ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ ਤਾਂ ਜੋ ਸਕੂਲੀ ਬੱਚੇ ਗਰਮੀ ਦੇ ਕਹਿਰ ਤੋਂ ਬਚ ਸਕਣ। ਸਾਡੀ ਟੀਮ ਨੇ ਸ਼ਹਿਰ ਦੇ ਇੱਕ ਸਕੂਲ ਦੇ ਪ੍ਰਿੰਸੀਪਲ ਨਾਲ ਗੱਲਬਾਤ ਕੀਤੀ ਜਿਸ ਵਿੱਚ ਉਹਨਾਂ ਨੇ ਬੱਚਿਆਂ ਵਾਸਤੇ ਆਪਣੇ ਵਿਚਾਰ ਸਾਂਝੇ ਕੀਤੇ। ਮੇਰਾ ਨਾਮ ਮਨਦੀਪ ਸਿੰਘ ਹੈ ਜੀ। ਮੈਨੂੰ ਸ਼੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ GT ਰੋਡ ਜਿਹੜਾ ਕਿ ਚੀਫ ਖਾਲਸਾ ਦੀਵਾਨ ਦੇ ਅੰਡਰ ਚੱਲ ਰਿਹਾ ਹੈ, ਇੱਥੇ ਐਜ਼ ਏ ਪ੍ਰਿੰਸੀਪਲ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਕੱਲ 20 ਮਈ ਨੂੰ ਸਾਨੂੰ ਮਾਨਯੋਗ ਪੰਜਾਬ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਆਇਆ ਹੈ ਕਿ ਗਰਮੀ ਦੇ ਵਾਧੇ ਦੌਰ ਕਰਕੇ ਬੱਚਿਆਂ ਨੂੰ 21 ਮਈ ਤੋਂ ਲੈ ਕੇ 30 ਜੂਨ ਤੱਕ ਛੁੱਟੀਆਂ ਕੀਤੀਆਂ ਜਾਣ। ਸੋ ਮੈਂ ਇਹ ਕਹੂੰਗਾ ਕਿ ਪੰਜਾਬ ਗੌਰਮੈਂਟ ਦਾ ਇਹ ਬਹੁਤ ਹੀ ਢੁੱਕਵਾਂ ਡਿਸੀਜ਼ਨ ਹੈ। ਗਰਮੀ ਵੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਬੜੀ ਵੱਧ ਗਈ ਹੈ ਅਤੇ ਬੱਚੇ ਜਿਹੜੇ ਕਿ ਇਨੋਸੈਂਟ ਹੈ ਉਹਨਾਂ ਨੂੰ ਅਸੀਂ ਪੰਜਾਬ ਗੌਰਮੈਂਟ ਦੀ ਇੰਸਟਰਕਸ਼ਨਸ ਨੂੰ ਫੋਲੋ ਕਰਦੇ ਹੋਏ ਘਰ ਰਹਿਣ ਦੀ ਮੀਨਸ ਅਸੀਂ ਉਹਨਾਂ ਨੂੰ ਛੁੱਟੀਆਂ ਕਰ ਦਿੱਤੀਆਂ ਹਨ। ਸਾਡੇ ਚੀਫ ਖਾਲਸਾ ਦੀਵਾਨ ਦੇ ਜਿੰਨੇ ਵੀ ਸਕੂਲ ਹਨ ਉਹ 21 ਮਈ 2024 ਤੋਂ ਲੈ ਕੇ 30 ਜੂਨ 2024 ਤੱਕ ਬੰਦ ਰਹਿਣਗੇ। ਇਹ ਇੰਸਟਰਕਸ਼ਨ ਸਾਨੂੰ ਕੱਲ੍ਹ 20 ਮਈ ਨੂੰ ਪੰਜਾਬ ਗੌਰਮੈਂਟ ਵੱਲੋਂ ਆਈ ਹੈ ਅਤੇ ਮੈਂ ਇੱਥੇ ਬੱਚਿਆਂ ਨੂੰ ਵੀ ਇੱਕ ਰਿਕੁਐਸਟ ਕਰਨਾ ਚਾਹਾਂਗਾ ਜਾਂ ਮੈਂ ਇੱਕ ਐਡਵਾਈਸ ਦੇਣਾ ਚਾਹਾਂਗਾ ਕਿ ਬੇਟਾ ਗਰਮੀ ਬਹੁਤ ਜ਼ਿਆਦਾ ਹੈ,
ਆਪਣੇ ਘਰ ਬੈਠਣਾ ਹੈ, ਟੇਕ ਪਲੈਂਟੀ ਆਫ ਵਾਟਰ, ਟੇਕ ਫਰੂਟਸ, ਥੋੜ੍ਹਾ ਜਿਹੜੇ ਮਾਰਕੀਟ ਦੇ ਵਿੱਚ ਜਿਹੜੀ ਤੁਸੀਂ ਚੀਜ਼ਾਂ ਖਾਂਦੇ ਹੋ ਜਿਸ ਤਰ੍ਹਾਂ ਬਰਗਰ ਵਗੈਰਾ, ਉਹਨਾਂ ਨੂੰ ਅਵੋਇਡ ਕਰਨਾ ਆ, ਘਰ ਰਹਿਣਾ ਆ, ਸੈਲਫ ਸਟੱਡੀ ਕਰਨੀ ਆ, ਜਿਹੜਾ ਵੀ ਤੁਹਾਨੂੰ ਹੋਮਵਰਕ ਤੁਹਾਡੇ ਸਕੂਲ ਦੇ ਟੀਚਰਾਂ ਵੱਲੋਂ ਭੇਜਿਆ ਗਿਆ ਆ, ਉਹਨਾਂ ਨੂੰ ਓਨੈਸਟੀ ਦੇ ਨਾਲ ਆਪਣੇ ਸਪੈਸੀਫਾਈ ਟਾਈਮ ਦੇ ਵਿੱਚ ਪੂਰਾ ਕਰਕੇ ਸਕੂਲ ਦੇ ਵਿੱਚ ਜਿੱਦਾਂ ਹੀ ਸਕੂਲ ਖੁੱਲ੍ਹੇਗਾ ਉਹ ਆਪਣੇ ਕਲਾਸ ਟੀਚਰ ਨੂੰ ਸਬਮਿਟ ਕਰਵਾਉਣਾ ਹੈ। ਸੋ ਮੈਂ ਸਾਰੇ ਬੱਚਿਆਂ ਨੂੰ ਫਿਰ ਇੱਕ ਵਾਰੀ ਕਹਿਣਾ ਚਾਹੁੰਦਾ ਹਾਂ ਕਿ ਬੇਟਾ ਗਰਮੀ 'ਚ ਬਾਹਰ ਨਹੀਂ ਜਾਣਾ। ਮੰਨਦਾ ਹੈ ਕਿ ਗਰਮੀਆਂ ਵਿੱਚ ਮੋਸਟ ਕਈਆਂ ਦਾ ਡਿਸੀਜਨ ਹੁੰਦਾ ਕਿ ਹਿਲ ਸਟੇਸ਼ਨ ਜਾਣਾ ਆ, ਬਟ ਇਹ ਤੁਸੀਂ ਪੇਰੈਂਟਸ ਦੀ ਮਰਜ਼ੀ ਨਾਲ, ਹਾਂ ਜੇ ਤੁਹਾਡੇ ਪੇਰੈਂਟਸ ਵਿਲਿੰਗ ਹੈਗੇ ਆ ਫਿਰ ਤੁਸੀਂ ਇਹ ਡਿਸੀਜਨ ਲੈਣਾ, ਬਟ ਮੇਰੀ ਇੰਸਟਰਕਸ਼ਨ ਇਹੀ ਹੈ ਕਿ ਬੇਟਾ ਘਰ ਰਹਿਣਾ, ਗਰਮੀ ਬਹੁਤ ਜ਼ਿਆਦਾ ਆ ਅਤੇ ਮਿਹਨਤ ਕਰਨੀ ਹੈ ਘਰ ਬੈਠ ਕੇ, ਜੋ ਵੀ ਹੋਮਵਰਕ ਮਿਲਿਆ ਹੋਮਵਰਕ ਆਪਣਾ ਪੂਰਾ ਕਰ। ਪੰਜਾਬ ਸਰਕਾਰ ਦੀ ਹਿਦਾਇਤਾਂ ਅਨੁਸਾਰ ਸਾਰੇ ਸਕੂਲਸ ਪੰਜਾਬ ਦੇ ਬੰਦ ਕਰ ਦਿੱਤੇ ਗਏ ਹਨ। ਅਸੀਂ ਖੜ੍ਹੇ ਹਾਂ ਸੀਕੇ ਦੀ ਬ੍ਰਾਂਚ ਦੇ ਵਿੱਚ, ਜਿੱਥੇ ਪ੍ਰਿੰਸੀਪਲ ਸਰ ਨੇ ਇੱਕ ਮੈਸੇਜ ਦਿੱਤਾ ਕਿ ਸਟੂਡੈਂਟਸ ਵਗੈਰਾ ਜਿਹੜੇ ਹੁਣ ਘਰ ਬੈਠਣਗੇ 21 ਤਰੀਕ ਤੋਂ, ਉਹ ਧਿਆਨ ਰੱਖਣ ਆਪਣਾ ਵੀ ਗਰਮੀ ਤੋਂ ਔਰ ਪੇਰੈਂਟਸ ਦੀ ਕੰਸੈਂਟ ਤੋਂ ਜਾਣ ਕਿਤੇ ਵੀ ਅਗਰ ਹੋ ਜਾਣ। ਮੈਸੇਜ ਇੱਕ ਹੋਰ ਸੀਗਾ ਇਹਨਾਂ ਵੱਲੋਂ ਕਿ ਸਟੱਡੀ ਵੱਲ ਧਿਆਨ ਦੇਣ ਔਰ ਜੋ ਇਗਜ਼ਾਮਸ ਵਾਸਤੇ ਜਾਂ ਜੋ ਪੇਪਰਸ ਵਾਸਤੇ ਜਾਂ ਛੁੱਟੀਆਂ ਦੇ ਕੰਮ ਜਿਹੜੇ ਮਿਲੇ ਨੇ ਉਹਨਾਂ ਨੂੰ ਬਖੂਬੀ ਪੂਰਾ ਕਰਨ। ਉਮੀਦ ਕਰਦੇ ਹਾਂ ਕਿ ਬੱਚੇ ਆਪਣਾ ਧਿਆਨ ਰੱਖਣਗੇ ਔਰ ਵਾਕਈ ਪੇਰੈਂਟਸ ਵੀ ਇਸ ਚੀਜ਼ ਨੂੰ ਦੇਖਣ ਕਿ ਛੋਟੇ ਬੱਚੇ ਔਰ ਘਰ ਦੇ ਵਿੱਚ ਬਜ਼ੁਰਗ ਉਹਨਾਂ ਨੂੰ ਇਸ ਤਪਦੀ ਗਰਮੀ ਤੋਂ ਬਚਾਉਣ। ਕੈਮਰਾ ਪਰਸਨ ਵਿਜੇ ਨਾਲ ਜੇਤੇ ਸਿੰਘ, ਫਾਸਟ ਨਿਊਜ਼, ਅੰਮ੍ਰਿਤਸਰ। ਮਾਮਲਾ ਅੰਮ੍ਰਿਤਸਰ ਦੇ ਮਨਜਿੰਦਰ ਨਾਮ ਦੇ ਨੌਜਵਾਨ ਦੇ ਪਰਿਵਾਰ ਨਾਲ ਜੁੜਿਆ ਸਾਹਮਣੇ ਆਇਆ, ਜਿਨ੍ਹਾਂ ਦਾ ਜਵਾਨ ਪੁੱਤ ਮਨਜਿੰਦਰ 2 ਸਾਲ ਪਹਿਲਾਂ ਵਿਦੇਸ਼ ਦੀ ਧਰਤੀ 'ਤੇ ਪੈਸੇ ਕਮਾਉਣ ਅਤੇ ਪਰਿਵਾਰ ਦੀ ਰੋਜ਼ੀ ਰੋਟੀ ਲਈ ਸੰਘਰਸ਼ ਕਰਨ ਵਾਸਤੇ ਦੁਬਈ ਗਿਆ ਸੀ, ਪਰ ਇੱਕ ਦਿਨ ਕਿਸੇ ਕਾਰ ਦੇ ਕੋਲੋਂ ਲਿਫਟ ਲੈਣ ਮੌਕੇ ਉਸਨੂੰ ਦੁਬਈ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ, ਜਿਸ ਨੂੰ ਲੈ ਕੇ ਪਰਿਵਾਰ ਵੱਲੋਂ ਆਪਣੇ ਬੇਟੇ ਦੀ ਸਲਾਮਤੀ ਲਈ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਦਫ਼ਤਰ ਵਿੱਚ ਇੱਕ ਮੰਗ ਪੱਤਰ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੂੰ ਭੇਜ ਆਪਣੇ ਪੁੱਤਰ ਦੀ ਰਿਹਾਈ ਦੀ ਮੰਗ ਕੀਤੀ ਹੈ। ਅਜੇ ਤੱਕ ਉਸ ਬੱਚੇ ਨੂੰ ਰਿਹਾ ਨਹੀਂ ਕੀਤਾ ਗਿਆ। ਅੱਜ ਅਸੀਂ ਮਾਨਯੋਗ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਜੀ ਨੂੰ ਇੱਕ ਮੰਗ ਪੱਤਰ ਦਿੱਤਾ ਹੈ, ਜੋ ਵਿਦੇਸ਼ ਮੰਤਰਾਲਾ ਭਾਰਤ ਸਰਕਾਰ ਨੂੰ ਉਹ ਮੰਗ ਪੱਤਰ ਭੇਜਿਆ ਗਿਆ ਹੈ ਤਾਂ ਕਿ ਇਸ ਗਰੀਬ ਪਰਿਵਾਰ ਦੀ ਸੁਣਵਾਈ ਹੋ ਸਕੇ। ਆਰਬੀ ਐਸਟੇਟ ਲੋਹਾਰਕਾ ਰੋਡ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਚੋਣ ਰੈਲੀ ਕਰਵਾਈ ਗਈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਲੋਕ ਸਭਾ ਹਲਕੇ ਦੇ ਉਮੀਦਵਾਰ ਅਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੇ ਚੋਣ ਰੈਲੀ ਵਿੱਚ ਭਾਗ ਲਿਆ ਅਤੇ ਉਹਨਾਂ ਨੇ ਅੰਮ੍ਰਿਤਸਰ ਵਿੱਚ ਜੋ ਆਉਣ ਵਾਲੇ ਭਵਿੱਖ ਵਿੱਚ ਕੰਮ ਕੀਤੇ ਜਾਣੇ ਹਨ ਉਸ ਬਾਰੇ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਨਿਤਿਨ ਚੋਪੜਾ, ਮਿੰਕੂ ਚੋਪੜਾ ਸਮੇਤ ਸ਼੍ਰੋਮਣੀ ਅਕਾਲੀ ਦਲ ਹਲਕਾ ਪੂਰਬੀ ਦੇ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਰੰਧਾਵਾ ਵੀ ਹਾਜ਼ਰ ਸਨ। ਸਭ ਤੋਂ ਵੱਡੀ ਮਿਸਾਲ ਜਿਹੜੀ ਹੈ ਨਾ ਨਿਸ਼ਾਨ ਨੂੰ ਵੋਟ ਪਾਉਣ ਦੀ, ਇਹ ਝਾੜੂ ਹੀ ਆ ਭਾਈ। ਤਾਂ ਸਦੀਆਂ ਤੋਂ ਲੋਕ 77 ਸਾਲ ਮੁਲਕ ਨੂੰ ਆਜ਼ਾਦ ਹੋਏ ਨੂੰ ਹੋ ਗਿਆ, ਇੰਝ ਹੀ ਪਾਉਂਦੇ ਪਏ ਲੋਕ, ਮੇਰੀ ਫਲਾਨੀ ਪਾਰਟੀ, ਮੇਰੀ ਇਹ ਪਾਰਟੀ, ਮੇਰਾ ਦਾਦਾ ਵੀ ਇਸ ਪਾਰਟੀ ਨੂੰ ਪਾਉਂਦਾ, ਮੇਰਾ ਪੜਦਾਦਾ ਵੀ ਪਾਉਂਦਾ, ਇਸ ਕਰਕੇ ਮੈਂ ਵੀ ਕੱਟੜ ਫਲਾਨੀ ਪਾਰਟੀ ਦਾ। ਪਰ ਇਹ ਮਿਸਾਲ ਐਸੀ ਕਾਇਮ ਹੋ ਗਈ ਜਿਹਦੇ 'ਚ ਇਹਨਾਂ ਦੱਸਿਆ 60% ਪੰਜਾਬ ਦੇ ਲੋਕਾਂ ਨੂੰ ਪਤਾ ਨਹੀਂ ਉਹਨਾਂ ਦਾ MLA ਕੌਣ ਹੈ। ਅਤੇ ਜੇ ਮੈਂ ਤੁਹਾਨੂੰ ਕਹਾਂ ਨਾ, ਤੁਸੀਂ ਹੱਥ ਖੜੇ ਕਰੋ, ਭਲਾ ਕਿਹਨੂੰ ਪਤਾ MLA ਤੁਹਾਡਾ ਕੌਣ ਹੈ? ਭੈਣਾਂ ਮੇਰੀਆਂ ਤਾਂ ਬਿਲਕੁਲ ਨਹੀਂ ਪਤਾ ਹੁੰਦਾ। ਹੱਥ ਖੜੇ ਕਰੋ ਜਿਹਨਾਂ ਨੂੰ ਪਤਾ ਜੀ MLA ਕੌਣ ਹੈ, ਜਾਂ ਕਦੀ ਸ਼ਕਲ ਵੇਖੀ ਹੋਵੇ, ਜਾਂ ਉਹਦਾ ਫੋਨ ਨੰਬਰ ਪਤਾ ਹੋਵੇ, ਜਾਂ ਉਹਦਾ ਘਰ ਪਤਾ ਹੋਵੇ, ਪਤਾ ਜੀ ਕਿਹਨੂੰ? ਇੰਪੀਰੀਅਲ ਸਿਟੀ ਲੋਹਾਰਕਾ ਰੋਡ ਵਿਖੇ ਭਾਜਪਾ ਆਗੂ ਮੋਹਿਤ ਵਰਮਾ ਦੀ ਅਗਵਾਈ ਵਿੱਚ ਚੋਣ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਭਾਰਤੀ ਜਨਤਾ ਪਾਰਟੀ ਲੋਕ ਸਭਾ ਹਲਕੇ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਰੈਲੀ ਨੂੰ ਸੰਬੋਧਨ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਰਾਜ ਵਿਰਖੇਵਾ, ਸੁਨੀਲ ਦੇਵਗਨ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ। ਅਸੀਂ ਬੈਠੇ ਹਾਂ
ਇਸ ਸ਼ਹਿਰ ਦੀ ਸਭ ਤੋਂ ਪ੍ਰੋਮੀਨੈਂਟ ਕਾਲੋਨੀ ਚ ਇਹ ਨਾ ਹੀ ਇੰਪੀਰੀਅਲ ਸਿਟੀ ਦੱਸਦਾ ਹੈ ਕਿ ਬੜੀ ਸੋਚ ਸਮਝ ਕੇ ਅਗਲੀ ਸਦੀ ਦੀ ਕਾਲੋਨੀ ਹੋਣੀ ਚਾਹੀਦੀ ਸੀ। ਮੈਂ 2024 'ਚ ਕਿਹਾ ਕਿਉਂਕਿ ਕਿੱਥੇ ਸਾਡੀ ਟੈਕਨੋਲੋਜੀ ਦੁਨੀਆਂ ਦੀ ਪਹੁੰਚੀ ਹੈ ਅਤੇ ਅਸੀਂ ਕਿਹੜੀਆਂ ਪ੍ਰੋਬਲਮਸ ਫਸੇ ਹੋਏ ਹਾਂ। ਤੁਹਾਡੇ ਇੱਥੇ ਅਗਰ ਸਟਰੀਟ ਲਾਈਟਸ ਨਹੀਂ ਹੈਗੀਆਂ ਔਰ ਅੱਜ ਕੱਲ੍ਹ ਦੇ ਸੋਲਰ ਦੇ ਜ਼ਮਾਨੇ 'ਚ ਅਤੇ ਉਹਦਾ ਹਿਸਾਬ ਕਿਤਾਬ ਕਿੰਨੇ ਲੈਣਾ ਹੈ, ਤੁਹਾਨੂੰ ਲੈਣਾ ਚਾਹੀਦਾ, ਕੋਈ ਅਕਾਊਂਟੇਬਿਲਿਟੀ ਹੁੰਦੀ ਹੈ ਨਾ ਡੈਮੋਕ੍ਰੇਸੀ 'ਚ। ਸ਼੍ਰੀ ਸ਼੍ਰੀ 1008 ਮਹਾਮਲੇਸ਼ਵਰ ਸਵਾਮੀ ਅਸ਼ਨੀਲ ਜੀ ਮਹਾਰਾਜ ਦੀ ਅਗਵਾਈ ਵਿੱਚ 20ਵਾਂ ਸਲਾਨਾ ਹਵਨ ਯੱਗ ਅਤੇ 9ਵਾਂ ਮੂਰਤੀ ਸਥਾਪਨਾ ਦਿਵਸ 21 ਮਈ 2024 ਨੂੰ ਮੰਦਿਰ ਸ਼੍ਰੀ ਰਾਮ ਬਾਲਾਜੀ ਧਾਮ ਚੈਰੀਟੇਬਲ ਟਰੱਸਟ ਕਰਨਪੁਰ ਕਾਲੇ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਵਿਦਵਾਨ ਪੰਡਿਤਾਂ ਵੱਲੋਂ ਹਵਨ ਯੱਗ ਕੀਤੇ ਗਏ ਅਤੇ ਇਸ ਤੋਂ ਬਾਅਦ ਮਹੰਤ ਰਮਨ ਕੁਮਾਰ ਵੱਲੋਂ ਪੱਕੇ ਭੇਟਾਂ ਦੇ ਭਜਨ ਕੀਤੇ ਗਏ। ਇਸ ਮੌਕੇ ਮਨੋਜ ਜੀ ਮਹਾਰਾਜ, ਅਸ਼ੋਕਾਨੰਦ ਮਹਾਰਾਜ, ਬੋਬੀ ਮਾਤਾ ਜੀ, ਰਾਜਕੁਮਾਰ, ਜਤਿੰਦਰ ਸਿੰਘ ਗੋਲੂ, SHO ਕਪਿਲ ਕੌਸ਼ਲ, ਚੌਂਕੀ ਇੰਚਾਰਜ ਕਰਨਪੁਰ ਕਾਲੇ ਮਨਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਫਾਸਟ ਵੱਲੋਂ ਸਮਾਗਮ ਦਾ ਸਿੱਧਾ ਪ੍ਰਸਾਰਣ ਚੈਨਲ ਨੰਬਰ 243 ਉੱਪਰ ਕੀਤਾ ਗਿਆ। ਲੋਕ ਸਭਾ ਚੋਣਾਂ 2024 ਵਿੱਚ ਆਮ ਲੋਕਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿਧਾਨ ਸਭਾ ਹਲਕੇ ਵਿੱਚ ਪੈਂਦੇ ਹਿੰਦੂ ਕਾਲਜ, ਟੈਗੋਰ, ITI ਸਮੇਤ ਕਈ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਵੱਲੋਂ ਡੋਰ ਟੂ ਡੋਰ ਵੋਟਰ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸ ਬਾਰੇ ਅੰਮ੍ਰਿਤਸਰ ਕੇਂਦਰੀ ਵਿਧਾਨ ਸਭਾ ਹਲਕੇ ਦੇ ਨੋਡਲ ਅਫਸਰ ਸਵੀਪ ਸਰਦਾਰ ਬਰਿੰਦਰਜੀਤ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ। ਵਿਧਾਨ ਸਭਾ ਹਲਕਾ ਉੱਤਰੀ ਦੀ ਵਾਰਡ ਨੰਬਰ 7 ਰਤਨ ਸਿੰਘ ਚੌਂਕ ਵਿਖੇ ਵਾਰਡ ਇੰਚਾਰਜ ਭਾਨੂ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਬੈਠਕ ਕੀਤੀ ਗਈ, ਜਿਸ ਵਿੱਚ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ ਗਈ। ਇਸ ਉਪਰੰਤ ਡੋਰ ਟੂ ਡੋਰ ਪ੍ਰਚਾਰ ਵੀ ਕੀਤਾ ਗਿਆ। ਇਸ ਮੌਕੇ ਸਰਦਾਰ ਔਜਲਾ ਦੀ ਧਰਮ ਪਤਨੀ ਅੰਤਲੀਪ ਔਜਲਾ ਅਤੇ ਸਾਬਕਾ ਕੌਂਸਲਰ ਸੋਨੂ ਦੱਤੀ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਨਾਲ ਆ ਜਿਹੜੀ ਤਾਨਾਸ਼ਾਹੀ ਮੋਦੀ ਦੀ ਸਰਕਾਰ ਹੈ, ਕੇਂਦਰ ਦੀ ਸਰਕਾਰ ਜੋ ਕਿ 10 ਸਾਲ ਤੋਂ ਆਪਣੀਆਂ ਮਨਮਰਜ਼ੀਆਂ ਕਰਦੀ ਰਹੀ ਆ। ਤੁਸੀਂ ਵੇਖਿਆ ਕਿ ਜਦੋਂ ਵੀ ਮੋਦੀ ਸਰਕਾਰ ਆਈ ਆ ਤੇ ਕਿੰਨੀ ਮਹਿੰਗਾਈ ਹੋ ਗਈ ਆ, ਕਿੰਨਾ ਬੁਰਾ ਹਾਲ ਆ। ਸਿਲੰਡਰ ਵੇਖ ਲਓ, ਸਬਜ਼ੀ ਵੇਖ ਲਓ, ਤੇਲ ਵੇਖ ਲਓ, ਹਰ ਚੀਜ਼ ਮਹਿੰਗੀ ਆ। ਤੇ ਅਸੀਂ ਮੈਂ ਸਾਰਿਆਂ ਨੂੰ ਇਹ ਗੁਜ਼ਾਰਿਸ਼ ਕਰਾਂਗਾ ਕਿ 1 ਤਰੀਕ ਨੂੰ ਦਿਨ ਸ਼ਨੀਵਾਰ ਸਰਦਾਰ ਗੁਰਜੀਤ ਸਿੰਘ ਔਜਲਾ ਜੀ ਨੂੰ ਭਾਰੀ ਬਹੁਮਤ ਦੇ ਨਾਲ ਵੋਟਾਂ ਪਾ ਕੇ ਜਿਤਾਈਏ। ਸ਼੍ਰੀ ਆਰਤੀ ਸ਼ਿਵ ਦੁਰਗਾ ਮੰਦਿਰ ਕਰਤਾਰ ਨਗਰ ਛਿਆਟਾ ਵਿਖੇ ਪਰਮ ਸੰਤ ਉਦਵਾਸ ਸਰੂਪ ਸ਼੍ਰੀ ਆਰਤੀ ਦੇਵਾ ਮਹਾਰਾਜ ਦੀ ਪ੍ਰਧਾਨਗੀ ਹੇ ਵਿਸ਼ਵ ਦੀ ਭਲਾਈ ਲਈ ਹਰ ਮੰਗਲਵਾਰ ਨੂੰ ਗਾਇਤਰੀ ਮਹਾਂਯੱਗ ਕੀਤਾ ਜਾਂਦਾ ਹੈ। ਇਸ ਸੰਬੰਧ ਵਿੱਚ ਅੱਜ 21 ਮਈ ਨੂੰ ਵੀ ਗਾਇਤਰੀ ਮਹਾਂਯੱਗ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਆਲ ਇੰਡੀਆ ਨਸ਼ਾ ਵਿਰੋਧੀ ਸੰਗਠਨ ਦੇ ਕੌਮੀ ਪ੍ਰਧਾਨ ਧਰਮਪਾਲ ਪ੍ਰਭਾਕਰ ਨੇ
ਪੁਲਿਸ ਕਮਿਸ਼ਨਰ ਅੰਮ੍ਰਿਤਸਰ ਤੇ ਨਿਗਮ ਕਮਿਸ਼ਨਰ ਅੰਮ੍ਰਿਤਸਰ ਤੋਂ ਮੰਗ ਕੀਤੀ ਕਿ ਪੁਰਾਤਨ ਮਾਤਾ ਭੱਦਰਕਾਲੀ ਦਾ ਮੇਲਾ 2 ਜੂਨ ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ। ਦੇਸ਼ ਵਿਦੇਸ਼ ਤੋਂ ਮਾਤਾ ਜੀ ਦਾ ਆਸ਼ੀਰਵਾਦ ਲੈਣ ਲਈ ਸ਼ਰਧਾਲੂ ਇੱਥੇ ਪਹੁੰਚ ਰਹੇ ਹਨ। ਧਰਮਪਾਲ ਪ੍ਰਭਾਕਰ ਨੇ ਪੁਲਿਸ ਕਮਿਸ਼ਨਰ ਨੂੰ ਵਿਸ਼ੇਸ਼ ਤੌਰ ਤੇ ਸੂਚਿਤ ਕੀਤਾ ਕਿ ਸ਼ਾਮ ਨੂੰ ਇੱਥੇ ਭਾਰੀ ਭੀੜ ਹੋਵੇਗੀ। ਇਸ ਭੀੜ ਦਾ ਫਾਇਦਾ ਉਠਾਉਣ ਲਈ ਕੁਝ ਸ਼ਰਾਰਤੀ ਅਨਸਰਾਂ ਵੀ ਤੰਗ ਪਰੇਸ਼ਾਨ ਕਰ ਸਕਦੇ ਹਨ। ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਮੇਲੇ ਵਿੱਚ ਸੁਰੱਖਿਆ ਕਰਵਾਈ ਜਾਵੇ ਤਾਂ ਜੋ ਕਿਸੇ ਨੂੰ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਨਸ਼ਾ ਵਿਰੋਧੀ ਸਮਾਜ ਨਿਰਮਾਣ ਸੰਸਥਾ ਦੇ ਚੇਅਰਮੈਨ ਬਾਲ ਕ੍ਰਿਸ਼ਨ ਸ਼ਰਮਾ ਨੇ ਕੰਪਨੀ ਬਾਗ ਦਾ ਦੌਰਾ ਕੀਤਾ ਅਤੇ ਕੈਂਪੇਨ ਨੂੰ ਅੱਗੇ ਵਧਾਉਂਦਿਆਂ ਹੋਇਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹਨਾਂ ਨੂੰ ਵੋਟ ਪਾ ਕੇ ਕਾਮਯਾਬ ਬਣਾਓ, ਉਹ ਸ਼ਹਿਰ ਨੂੰ ਸੁੰਦਰ ਅਤੇ ਵਧੀਆ ਬਣਾਉਣਗੇ ਅਤੇ ਨਸ਼ਾਖੋਰੀ ਨੂੰ ਖਤਮ ਕਰਨਗੇ। ਐਜੂਕੇਸ਼ਨ ਸਾਡਾ ਬੱਚਾ ਅੱਜ ਵੀ ਬਹੁਤ ਮਹਿੰਗੀ ਪੜ੍ਹਾਈ ਪੜ੍ਹ ਕੇ ਕਰਜ਼ਾ ਕਰਜ਼ਾਈ ਹੋ ਕਰਕੇ ਵਿਦੇਸ਼ਾਂ ਨੂੰ ਕੂਚ ਕਰ ਰਿਹਾ। ਸੋ ਸਾਡੇ ਦੇਸ਼ ਵਿੱਚ ਕਿਹੜੀ ਕਮੀ ਹੈ? 144 ਕਰੋੜ ਦੀ ਆਬਾਦੀ, 288 ਕਰੋੜ ਹੱਥ ਕੰਮ ਕਰ ਰਹੇ ਨੇ, ਫਿਰ ਵੀ ਸਾਨੂੰ ਛੋਟੀ ਛੋਟੀ ਕੰਟਰੀਆਂ ਦੇ ਵਿੱਚ ਜਾ ਕੇ ਉਹਨਾਂ ਕੋਲ ਜਾ ਕੇ ਨੌਕਰੀਆਂ ਕਰਨੀਆਂ ਪੈ ਰਹੀਆਂ ਨੇ। ਮਾਤਾ ਚਿੰਤਪੁਰਨੀ ਜੀ ਦੇ ਜਨਮ ਦਿਹਾੜੇ ਤੇ ਮਾਤਾ ਭੱਦਰਕਾਲੀ ਜੀ ਦੇ ਮੇਲੇ ਦੇ ਸੰਬੰਧ ਵਿੱਚ ਸਟੇਸ਼ਨ ਮਾਰਕੀਟ ਲੰਡਾ ਬਾਜ਼ਾਰ ਵਿਖੇ ਭਟੂਰੇ ਛੋਲਿਆਂ ਦਾ ਲੰਗਰ ਅਤੇ ਕੜਾਹ ਪ੍ਰਸਾਦ ਵੰਡਿਆ ਗਿਆ। ਸੇਵਾ ਮੁਕਤ ਡਿਪਟੀ ਡਾਇਰੈਕਟਰ ਰਣਬੀਰ ਮੁੜਦਰ, ਬਿੱਟੂ ਸਚਦੇਵਾ, ਸਾਹਿਲ ਸਚਦੇਵਾ, ਵਿਸ਼ਾਲ ਉੱਪਲ, ਅਨਿਲ ਕੁਮਾਰ, ਰਾਹੁਲ ਵਰਮਾ, ਹਨੀ ਸੰਨੀ ਤੋਂ ਇਲਾਵਾ ਹੋਰ ਸੇਵਾਦਾਰ ਵੀ ਹਾਜ਼ਰ ਸਨ। ਇਹ ਤਸਵੀਰ ਜੋ ਤੁਸੀਂ ਵੇਖ ਰਹੇ ਹੋ ਇੱਕ ਗੁੰਮਸ਼ੁਦਾ ਦੀ ਹੈ, ਜਿਸ ਦਾ ਨਾਂ ਦੇਵ ਕ੍ਰਿਸ਼ਨ ਕਛਾਵਾ ਹੈ। ਇਸ ਦੀ ਉਮਰ 47 ਸਾਲ, ਕੱਦ 5 ਫੁੱਟ 5 ਇੰਚ। ਇਹ ਆਦਮੀ ਡੇਰਾ ਬਿਆਸ ਤੋਂ ਗੁੰਮ ਹੋ ਗਿਆ ਸੀ ਅਤੇ ਇਸ ਨੂੰ ਬੋਲਣ ਵਿੱਚ ਦਿੱਕਤ ਆਉਂਦੀ ਹੈ। ਜਿਸ ਕਿਸੇ ਨੂੰ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਫੋਨ ਨੰਬਰ 7774794334 ਜਾਂ 7869821689 ਤੇ ਸੰਪਰਕ ਕੀਤਾ ਜਾ ਸਕਦਾ ਹੈ। ਜੋ ਵੀ ਇਸ ਆਦਮੀ ਬਾਰੇ ਜਾਣਕਾਰੀ ਦੇਵੇਗਾ ਉਸਨੂੰ ਇਨਾਮ ਦੇ ਤੌਰ ਤੇ 1,51,000 ਰੁਪਏ ਦਿੱਤੇ ਜਾਣਗੇ। GRP ਪੁਲਿਸ ਨੂੰ ਇੱਕ ਨਾਮਲੂਮ ਵਿਅਕਤੀ ਦੀ ਲਾਸ਼ ਮਿਲੀ ਜਿਸ ਦਾ ਰੰਗ ਸਾਂਵਲਾ, ਦਰਮਿਆਨਾ ਸ਼ਰੀਰ, ਕੱਦ 6 ਫੁੱਟ 7 ਇੰਚ ਅਤੇ ਕਾਲੇ ਰੰਗ ਦੀ ਪੈਂਟ ਅਤੇ ਪੂਰੀ ਬਾਂਹ ਦੀ ਸ਼ਰਟ ਪਾਈ ਹੋਈ ਹੈ। ਜਿਸ ਕਿਸੇ ਨੂੰ ਇਸ ਦੀ ਕੋਈ ਪਛਾਣ ਹੋਵੇ ਤਾਂ GRP ਪੁਲਿਸ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫੇਰ ਤੋਂ। CIA ਸਟਾਫ 2 ਦੀ ਪੁਲਿਸ ਵੱਲੋਂ 3 ਨਾਮੀ ਗੈਂਗਸਟਰਸ ਨੂੰ ਕੀਤਾ ਗਿਆ ਗ੍ਰਿਫਤਾਰ। ਹਲਕਾ ਮਜੀਠਾ ਅਧੀਨ ਆਉਂਦੇ ਕਸਬਾ ਕੱਥੂ ਨੰਗਲ ਵਿਖੇ ਕੀਤਾ ਗਿਆ ਚੋਣ ਰੈਲੀ ਦਾ ਆਯੋਜਨ। ਅਜਨਾਲਾ ਵਿਖੇ ਭਾਰਤੀ ਜਨਤਾ ਪਾਰਟੀ ਦੀ ਚੋਣ ਰੈਲੀ ਦਾ ਕੀਤਾ ਗਿਆ ਆਯੋਜਨ। ਇਹ ਸਨ ਅੱਜ ਦੀਆਂ ਖ਼ਬਰਾਂ, ਹੁਣ ਅਸੀਂ ਮਿਲਾਂਗੇ ਅਗਲੇ ਬੁਲੇਟਿਨ ਵਿੱਚ। ਹੁਣ ਮੈਨੂੰ ਦੀ ਇਜਾਜ਼ਤ, ਧੰਨਵਾਦ।